ਫਕੀਰ ਉਹ ਫਕੀਰ ਕੀਰਤ ਪ੍ਰਸਾਦ ਦੀ ਧਰਤੀ ਤੇ ਬੈਠੇ ਬੰਦਗੀ ਕਰਦੇ ਆ। ਉਹਨਾਂ ਦੀ ਮੁਲਾਕਾਤ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨਾਲ ਹੋਈ। ਸਾਈਂ ਜੀ ਨੇ ਬੱਕਰੀਆਂ ਰੱਖੀਆਂ ਹੋਈਆਂ ਸੀ, ਜਾ ਕੇ ਦੁੱਧ ਚੋਇਆ ਤੇ ਦੁੱਧ ਲੈ ਕੇ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਖਿਦਮਤ ਚ ਪੇਸ਼ ਕੀਤਾ। ਲਓ ਪਾਤਸ਼ਾਹ ਬਾਬਾ ਜੀ ਦੁੱਧ ਪੀਓ। ਗੁਰੂ ਨਾਨਕ ਦੇਵ ਪਾਤਸ਼ਾਹ ਨੇ ਆਖਿਆ, ਸਾਈਂ ਜੀ ਸਿਰ ਮੱਥੇ ਤੁਹਾਡੀ ਸੇਵਾ, ਪਰ ਇਹ ਦੁੱਧ ਬਾਲਾ ਮਰਦਾਨਾ ਪੀਣਗੇ ਮੇਰੇ ਸਾਥੀ। ਜੋ ਸਾਡੀ ਇਮਾਨਤ ਹੈ ਇਹ ਸਾਂਭ ਕੇ ਰੱਖ ਲਿਓ, ਇਹ ਦੁੱਧ ਅਸੀਂ ਹੁਣ ਛੇਵੇਂ ਜਾਮੇ ਜਾ ਕੇ ਛਕਾਂਗੇ। ਗੁਰੂ ਨਾਨਕ ਨੇ ਕੀਤੀ ਪੂਰੀ ਸਾਈਂ ਦੀ ਮੁਰਾਦ। ਮੇਲੇ ਲੱਗਦੇ, ਲੋਕਾਂ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ।
दुनिया सजदा कर दी, एको गल कहती, ओ कैसा